ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਉਹ ਤੁਸੀਂ ਕੌਣ ਹੋ? ਅਸੀਂ ਤਾਂ ਮੁਲਾਜ਼ਮ ਆ ਜੀ। ਹਾਂ ਮਰਦੀ ਬਾਈ ਫਿਰਦੇ ਹੋ ਨਾ? ਵੱਡਾ ਮੁਲਾਜ਼ਮ ਮੈਂ, ਛੋਟਾ ਮੁਲਾਜ਼ਮ। ਅੱਛਾ ਹਾਂ, ਫਸੀ ਆਈ ਜੇ ਜੀ, ਅੱਜ ਲੱਗੀ ਸੀ ਸਪੈਸ਼ਲ। ਅਸੀਂ ਕੋਲੇ ਖੜ ਕੇ ਗੱਡੀਆਂ ਲੋਡ ਕਰਾਈਆਂ ਜੀ। ਤਾਂ ਮੈਂ ਜੋ ਵਰਦੀ ਨਾਲ ਨਿਬੜ ਜੇ ਛੋਟੀ। ਨਹੀਂ ਵਰਦੀ ਤਾਂ ਫਿਰ ਰਾਤ ਨੂੰ ਨਹੀਂ। ਗੱਟੇ ਚੱਕਦੇ ਸੀਗੇ। ਕੌਣ ਨੂੰ ਚੱਕਦੇ ਗੱਟੇ? ਅਸੀਂ ਉੱਤੇ ਆ ਵੱਡੇ ਛੋਬਣ ਚ। ਕਿੱਥੇ ਤੁਰੇ ਫਿਰਦੇ ਹੋ? ਇੱਥੇ ਫਿਰ ਭੈਣ ਜਾਂਦੇ ਫਿਰਦੇ? ਇੱਥੇ ਕੀ ਹੈ? ਇੱਥੇ ਕਿਹੜੀਆਂ ਗੱਡੀਆਂ ਲੋਡ ਹੋਈ ਜਾਂਦੀਆਂ? ਨਹੀਂ ਜੀ, ਅਸੀਂ ਬਾਬਿਆਂ ਕੋਲੇ ਆਉਂਦੇ ਹੁੰਦੇ ਜੀ ਪਹਿਲਾਂ। ਬਾਬਿਆਂ ਦਾ ਲੌੜਾ ਫੜਨਾ ਤੁਸੀਂ? ਦੂਜੇ ਬਾਬੇ ਕਿੱਧਰ ਗਏ ਭਲਾ? ਉਹ ਕੰਜਰ ਦਾ ਉਹਦਾ ਬਾਬਾ ਵਗ ਗਿਆ ਸੱਟੇ ਸੁੱਟੇ ਵਾਲੇ। ਹਾਂ ਸੱਟੇ ਪੱਟੇ ਵਾਲੇ ਬਾਬਾ ਉਹਦਾ ਮੁੰਡ ਤੇ ਖਾ ਕੇ ਗਿਆ ਇੱਥੋਂ। ਅੱਛਾ ਤਾਂ ਕੀ ਗੱਲ ਬਣੀ? ਇੱਥੇ ਆਉਂਦਾ ਜਾਂਦਾ ਬਹਿ ਗਿਆ ਭਾਈ। ਅੱਛਾ ਕ੍ਰੋਸ ਉਹਨੇ ਬਾਬੇ ਨੇ ਕੋਲੇ ਖੜਾ ਰਿਹਾ ਬੋਟ ਟਾਇਟ ਲਾਉਣਾ ਸੀ ਬੇਚਾਰੇ। ਤੁਹਾਡੇ ਮੂੰਹ ਹੋ ਰਿਹਾ ਕੋਈ ਹਾਲ ਆ ਤੁਹਾਡਾ ਯਾਰ? ਪੰਜ ਰੇਲ ਗੱਡੀਆਂ ਲੋਡ ਕਰਾਈਆਂ, ਕੌਣ ਦੇਊਗਾ ਕਾਗਜ਼? ਮਰੀ ਜਾਂਦਾ ਤੂੰ ਇੱਥੇ ਕਿਹੜੀ? ਤੁਹਾਡੀ ਭੈਣ ਦੇ ਫੁੱਜੇ ਚ ਲੈਣ ਆਉਂਦੀ ਆ। ਹੌਲੀ ਮੋਲ ਮਾੜੇ ਪੈਣਗੇ ਆਪਣੇ। ਆਹੋ ਆਹੋ ਹਾਂਜੀ ਹਾਂਜੀ। ਬਾਬੇ ਨੂੰ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਦੇ, ਮੈਂ ਤੇ ਆਏ ਡਰਾਈਵਰ ਰਾਤ ਨੂੰ 12 ਵਜੇ ਪਾਣੀ ਦਾ ਗੇੜਾ ਮਾਰਨ ਮੋਟਰ ਚੱਲੀ ਜਾਂਦੀ ਸੀ। ਅੱਛਾ ਬਾਬੇ ਨੇ ਤਾਂ ਕਿਸੇ ਦੇ ਹੋਰ ਚਲਾਤੀ ਬਾਈ ਉਹਨੇ ਰੁਪਏ ਲੈ ਕੇ ਮੰਨ ਜਾ ਕੇ ਜਾਓ ਤੁਸੀਂ ਯਾਰ। ਤੁਸੀਂ ਫਿਰਦੇ ਕਿਧਰੋ ਰਾਤ ਨੂੰ? ਅਸੀਂ ਤਾਂ ਮੁਲਾਜ਼ਮਾਂ ਦੀ ਗੱਡੀ ਲੋੜ। ਕਿਹੜਾ ਮੁਲਾਜ਼ਮਾਂ? ਸ਼ਕਲਾਂ ਕਿ ਤੁਹਾਡੇ ਕੱਪੜੇ ਬਾਬੇ ਕੀ ਗੱਲ ਬਣੀ? ਚੰਗੀਆਂ ਇੱਥੇ ਬੁੜ ਜਾ ਲਿਆਉਂਦਾ ਸੀ, 10 ਸੇਫਟੀਆਂ ਟੰਗੀਆਂ ਪਈਆਂ ਇੱਥੇ ਆਸੇ ਪਾਸੇ ਜਾ ਕੇ ਬੁੰਡੀ ਬੁੰਡ ਕੁੱਟੀਆਂ।
ਨੰਗੇ ਪੈਰੀ ਫਿਰਦੇ ਆ ਜੋੜੇ ਤੁਸੀਂ ਅਸੀਂ ਚੰਗਾ ਸਮਝੇ ਸੀ ਮਾੜੀ ਗੱਲ ਆ ਬਾਬੇ ਦੀ ਜੇ ਢਾਲਿਆ ਨੇ ਕੀ ਮਤਲਬ ਆ ਕਿਉਂ ਪਕਾਈ ਮਰੀ ਇਹਨੇ ਯਾਰ ਰੱਜਿਓ ਜਾਓ ਇੱਥੋਂ ਕਿਵੇਂ ਜਾਓ ਇੱਥੋਂ ਰੱਜਿਓ ਜਾਣੇ ਆ ਬਈ ਜਾਣੇ ਆ ਕੱਲ ਆ ਜਾਓ ਯਾਰ ਚੋਲਾ ਦਿਖਾ ਓਏ ਸਾਜਾ ਡਰਾਵਣਾ ਚੋਲਾ ਦਿਖਾ ਚੋਲਾ ਦਿਖਾ ਯਾਰ ਚੋਲਾ ਦਿਖਾ ਮੇਰੀ 2 ਮਿੰਟ ਜਨਾਬ 2 ਮਿੰਟ ਜਨਾਬ ਸਾਹ ਲੈ ਲੈਂਦੇ ਸਾਨੂੰ ਯਾਰ ਗੱਡੀ ਕੀ ਦਾ ਖਵਾ ਦੇ ਪੁਰਾ ਖਵਾ ਯਾਰ ਨਸ਼ਾ ਕੀ ਬਣਾਵਾ ਨਸ਼ਾ ਕਰਨਾ ਗੁਰੂ ਦੇ ਨਾਮ ਦਾ ਕਰੋ ਨਾ ਜੀ ਸਾਡੀਆਂ ਸਿੱਧਾ ਨਸ਼ੇ ਵਾਲੀਆਂ ਲੱਗਦੀਆਂ ਅਰੇ ਕਿਵੇਂ ਲੜਦਾ ਫਿਰ ਦੇਖ ਕੇ ਤਾਂ ਐ ਲੱਗਦਾ ਭੋਰਾ ਵੀ ਨਹੀਂ ਖਾਂਦਾ ਚੈਨ ਕੁੱਪੀਆਂ ਵਰਗੇ ਮੂੰਹ ਹੋਰੇ ਰੱਜੇ ਫੁੱਲ ਕਾਲੇ ਹੋਰੇ ਕੁੱਕੜਾ ਪੈਟਕ ਚਲਾਤਾ ਹਾਂ ਉਹਦੇ ਕੋਲੇ ਆ ਕੇ ਖੁਸ਼ੀ ਚ ਚਲ ਜਾਓ ਲੌੜੀ ਨੂੰ ਹੱਥ ਪਈ ਬੈਠਾ ਜਿਵੇਂ ਵੰਡ ਦੇਣੀ ਹੁੰਦੀ ਲੱਤੀ ਤਾਂ ਹਾਂ ਚੱਕਣੀਆਂ ਹੁੰਦੀਆਂ ਸੌਖਾ ਕੀ ਭੌਂਕਦੇ ਫਿਰਦੇ ਨਸ਼ਾ ਤੁਹਾਡੇ ਕੋਲੇ ਆਖ ਬਾਬੇ ਨੂੰ ਗੱਲ ਬਣੀ ਬਾਬਾ ਬੁੰਡ ਦਿੰਦਾ ਫੜਿਆ ਗਿਆ ਅੱਛਾ ਜੀ ਚੰਗੀ ਗੱਲ ਹੀ ਫਿਰ ਬੇਚਾਰੇ ਨੇ ਕਿਸ ਤੋਂ ਕੁਛ ਲਿਆ ਤਾਂ ਨੀ ਡੱਕੇ ਜਾਓ ਯਾਰ ਜਾਓ ਯਾਰ ਨਹੀਂ ਕੋਈ ਹੋਰ ਬਾਬਾ ਨੀ ਛੋਟੇ ਚੋਹੇ ਜਾ ਵੀ ਦੇਣ ਵਾਲਾ ਹੋਵੇ ਅਸੀਂ ਲੈ ਲਾਂਗੇ ਅਸੀਂ ਲੈ ਲਾਂਗੇ ਹਾਂ ਅਸੀਂ ਨਹੀਂ ਉਹ ਗੱਲ ਨੂੰ ਕਰ ਤੁਸੀਂ ਦੇ ਦਿਓ ਲੈ ਸਵਾਏ ਕੀ ਗੱਲ ਆ ਤਾਂ ਕੱਟ ਵੀ ਪੁੰਨੀ ਆ ਹਾਂ ਮੁੰਡ ਥੱਲੇ ਕਾ ਤੋ ਕਸਾਈ ਇਹਨਾਂ ਕੇ ਖੁਰਕ ਹੁੰਦੀ ਆ ਕੌਣ ਰੂਣ ਹੁੰਦੀ ਬਾਬਾ ਬਾਬਾ ਸੀਰ ਇਹਨੂੰ ਖੱਲੀ ਚੜ ਬਾਬਾ ਸੀਰ ਆ ਜਾ ਦਵਾਈ ਤੇ ਮੈਂ ਬਾਬਾ ਸੀਰ ਦੀ ਖੱਲੀ ਚੜ ਆ ਜਾ ਬਾਬਾ ਸੀਰ ਦੀ ਲੈ ਇਹਨੂੰ ਦੇ ਦੇ ਦਵਾਈ ਦਵਾਈ ਬਾਬਾ ਸੀਰ ਦੀ ਕੁੱਟਣ ਵਾਲੀ ਪਈ ਆਪ ਕੁੱਟ ਲਾਂਗੇ ਚਲੋ ਜਾਓ ਯਾਰ ਤੁਸੀਂ ਨਾ ਕਰ ਮੋਟ ਨਾ ਕਰ ਮੋਜੀ ਚਲ ਤਾ ਬਹਿ ਜਾ ਬਹਿ ਜਾ ਚਲ ਬਹਿ ਜਾ ਸਮੱਸਿਆ ਨਾ ਕਰ ਗਰਮ ਨਾਲ ਗੱਲ ਕਰੋ ਕੋਈ ਬਾਬੇ ਨੂੰ ਕੀ ਗੱਲ ਬਣੀ ਜਿਹੜਾ ਆਪਣੇ ਪਹਿਲਾਂ ਸੀ ਬਾਬਾ ਮੂੰਹ ਚ ਪਾਉਂਦਾ ਸੀ ਆਪਦਾ ਅੱਛਾ ਮਾੜੀ ਗੱਲ ਆ ਭਾਈ ਮਾੜੀ ਗੱਲ ਆ ਤੁਸੀਂ ਜਾਓ ਯਾਰ ਕਿਉਂ ਬੁੰਡ ਲੜੀ ਕਰੀ ਇੱਥੇ ਤੁਸੀਂ ਬਾਗ ਜੋ ਮੇਰੇ ਦਾਏ ਦਾ ਯਾਰ ਸੁਭਾਅ ਗਰਮ ਹੈ ਅੱਛਾ ਮਾਰੂ ਛੋਡੇ ਉਹ ਕੰਕੇ ਦੇ ਲਾ ਜ਼ਿਮੀਂਦਾਰ ਬੰਦੇ ਆ ਅੱਛਾ ਗਿਆ ਤੂੰ ਤਾਂ ਖੇਤ ਆ ਭਾਈ ਛੋਡਾ ਤੇ ਖੇਤ ਆਏ ਆ ਬੁੰਡ ਲੈਣ ਕਰੀ ਗਾਇਆਂ ਦੀ ਰਾਖੀ ਹਾਂ ਕਹਿੰਦੇ ਨਾ ਤੁਸੀਂ ਉਹਨੇ ਨੇ ਘੰਟਾ ਹੋਰ ਤੁਹਾਡੀ ਸੋਨੂੰ ਕਹੀਦਾ ਜਾਨੇ ਤੁਸੀਂ ਸੁਣਦੇ ਹੀ ਨਹੀਂ ਅੱਛਾ ਅੱਛਾ ਅਸੀਂ ਆਖਿਆ ਕਿ ਤੂੰ ਬਾਬੇ ਹੋ ਰਿਹਾ ਵੀ ਕਾਹਦੇ ਬਾਬੇ ਹੋ ਰਿਹਾ ਜਿਹੜੇ ਬਾਬੇ ਇੱਥੇ ਪਹਿਲਾਂ ਦਿਖਾਓ ਕੀ ਆ ਤੁਹਾਡੇ ਕੋਲ ਓਏ ਤਾਂ ਸਾਡੇ ਦਿਖਾ ਦੇਣਗੇ ਦਿਖਾ ਦੇਣਗੇ ਆਖ ਜੋ ਭਾਂ ਦੇ ਫੁੱਟੇ ਰਿਫਾਈਨਰੀ ਚ ਲੱਗੇ ਆ ਗਏ ਕਾਹਨੂੰ ਮਲਾਜ਼ਮਾਂ ਕਾਹਦੇ ਮਲਾਜ਼ਮਾਂ ਸੀਆਈ ਦੇ ਤੁਹਾਡੇ ਮੂੰਹ ਆ ਮਲਾਜ਼ਮ ਵਾਲੇ ਸਪੈਸ਼ਲ ਸੀ ਹੁਣ ਭੈਣ ਦੀ ਫੁੱਦੀ ਰਾਤ ਨੂੰ ਕਿਹੜੀ ਟ੍ਰੇਨ ਜਾਂਦੀ ਇੱਥੋਂ ਲੈ ਅਸੀਂ ਸਪੈਸ਼ਲ ਸਾਡੀ ਡਿਊਟੀ ਖਤਮ ਹੋ ਗਈ ਨਾ ਜੀ ਪਾਸ ਹੀ ਆ ਗਏ ਲੈ ਲੈ ਸਾਡੇ ਪਿੰਡ ਤਾਂ ਬੱਸ ਮਸ ਆਉਂਦੀ ਅਸੀਂ ਆਖਾ ਚੱਲ ਤੁਸੀਂ ਆ ਕੀ ਆ ਕੇ ਤੇ ਟ੍ਰੇਨ ਕਿਹੜੀ ਨਾ ਹੁੰਦੀ ਹੈ ਅਸੀਂ ਆਖਾ ਨਾ ਮੱਥਾ ਟੇਕ ਚੱਲ ਕੇ ਚਾ ਜਾਓ ਯਾਰ ਬਾਬੇ ਬੜੇ ਕਰਨੀ ਸੀ ਪਹਿਲਾਂ ਵਾਲੇ ਹਾਂ ਬੜੇ ਕਰਨੀ ਵਾਲੇ ਲੈਤੀ ਹੂ ਇੱਕ ਦੋ ਵਾਰੀ ਬਾਬੇ ਤੁਸੀਂ ਨਾ ਅਸੀਂ ਤਾਂ ਨਹੀਂ ਇਹ ਕੰਮ ਕਰਿਆ
ਹੁੰਦੀ ਨੀ ਕੋਈ ਕੰਮ ਕੁਮ ਨੀ ਕਰਦਾ ਨਾ ਚਾਹ ਚੂ ਪੀ ਕੇ ਗਏ ਬਹੁਤ ਵਾਰੀ ਸਾਡੇ ਨਾਲ ਤਾਂ ਹੋਰੂ ਬਣ ਕੀ ਬਣ ਕੀ ਬਣ ਗਈ ਪਿਛਲੇ ਗੜੇ ਅਸੀਂ ਆ ਗਏ ਬਾਬੇ ਕੋਲ ਇੱਥੇ ਆ ਬੇੜਾ ਅੱਛਾ ਅੱਛਾ ਤੇ ਭਾਈ ਰਾਜੀ ਆ ਪੂਰਾ ਗੁੱਦਿਆ ਪਿਆ ਭੈਣ ਦਾ ਲੰਨ ਮਤਲਬ ਕੀ ਕੁਛ ਖਾਂਦਾ ਜਾਣਾ ਹੀ ਪਊ ਹੁਣ ਪਾਣੀ ਪੀਆ ਕੇ ਮਾੜਾ ਜਾ ਚੰਗਾ ਫਿਰ ਉਹਦਾ ਮੂੰਹ ਤਾਂ ਆਇਆ ਉਹ ਗੋਲੂ ਕਾ ਨੀ ਰੱਖਾ ਅਸਲ ਜੀ ਦਾ ਕੁੱਤਾ ਉਹਦੇ ਵਰਗਾ ਪਾਣੀ ਕਿਹੜੇ ਪਾਸੇ ਆਪਣੇ ਇੱਧਰ ਨਲਕੀ ਗੇੜ ਲੋ ਹੱਥੜੀ ਹੈ ਨੀ ਨਲਕੇ ਦੇ ਉੱਥੇ ਜਿਹੜਾ ਲੱਗਿਆ ਖੁੱਜਾ ਨੀ ਉੱਠ ਬੋਡਰ ਲੈਣੀ ਕਰੀ ਆ ਕੇ ਮੱਛਰ ਖਾ ਗਿਆ ਪਟ ਪਟ ਤੁਹਾਡੀ ਭੈਣ ਦਾ ਫੁੱਦਾ ਲੈਣੀ ਬੋਲੀ ਤੂੰ ਮੈਨੂੰ ਤਾਂ ਲੱਗਿਆ ਪਿਆ ਇਹਦੀ ਦਵਾ ਦੇ 500 ਰੁਪਿਆ ਦਵਾ ਦੂੰਗਾ ਨਾ 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 ਝੋਲਾ ਖਾਂਦਿਆ ਝੋਲਾ ਸੋਹਣਾ ਲੱਗਿਆ ਅਸੀਂ ਨੀ ਦਿੰਦੇ ਬਾਈ ਨਾ 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 ਭੈਣ ਦਾ ਫੁੱਦਾ ਲੱਗਿਆ ਜਾਓ ਯਾਰ ਇੱਥੇ ਨੀਕਰਾਂ ਬੁਰੇ ਹਾਲ ਨੀਕਰ ਸੋਹਣੀ ਆ ਤੇਰੀ ਅੱਛਾ ਫੁੱਲਾਂ ਵਾਲੀ ਇਹ ਤਾਂ ਮੁੰਡ ਵੀ ਸੋਹਣੀ ਹੋ ਤੇਰੀ ਮੁੰਡ ਵੀ ਸੋਹਣੀ ਨਾ ਇਹ ਤਾਂ ਮੁੰਨਿਆ ਹੀ ਕੀ ਬੋਲਿਆ ਤੇਰੀ ਭੈਣ ਦਾ ਫੁੱਦਾ ਗੋਡਾ ਕਹਿੰਦਾ ਸੁੱਜਾ ਜਿਹਾ ਲੱਗਿਆ ਉਹਨੂੰ ਰੋਟੀ ਕਰੀਏ ਤੁਹਾਨੂੰ ਘਰ ਦਾ ਕਹਿੰਦਾ ਸੀ ਘਰ ਦਾ ਹੁਣ ਤਾਂ ਟਾਈਮ ਨੀ ਜੀ ਡਰਾਈਵਰ ਬੁੰਡ ਤੇ ਪੀਣਾ ਖੜੇ ਹੋ ਕੇ ਬਾਬੇ ਨੂੰ ਕਰਾਵਾਂਗੇ ਦਰਸ਼ਨ ਦੇ ਦੇ ਚੱਲ ਚੱਲ ਬਾਈ ਚੱਲ ਬਹਿ ਜਾ ਯਾਰ ਤਾਇਆ ਹੋਏ ਦਾ ਬਾਬਾ ਉਹ ਭੈਣ ਦਾ ਲਾਲ ਨੂੰ ਰਿੱਛ ਜਾ ਗੂੰ ਗੂੰ ਕਰੀ ਜਾਂਦਾ ਹਾਂ ਰੱਜਿਆ ਦੇਖ ਲਾ ਜਮਾ ਕਾਰੇ ਮਾਰੀ ਜਾਂਦਾ ਠੱਠੇ ਵਾਂਗੂ ਕਾ ਜਮਾ ਚਾਲ ਬਾਬੇ ਦੇ ਬੈਰੀ ਲੱਗਦੇ ਆ ਹਾਂ ਬਾਈ ਨਹੀਂ ਚੰਗੇ ਲੱਗਦੇ ਇਹ ਤਾਂ ਬਾਈ ਬਾਬੇ ਦੇ ਨਜਾਇਜ਼ ਕਬਜ਼ਾ ਕਰ ਲਿਆ ਇਹਨਾਂ ਨੇ ਥਾਂ ਤੇ ਧੱਕੇ ਨਾਲ ਕਰਿਆ ਲੱਗਦਾ ਇਹਨਾਂ ਨੇ ਇਹ ਕੋਈ ਬੰਦੇ ਗਲਤ ਲੱਗਦੇ ਆ ਹਾਂ ਗਲਤ ਆ ਜਿਹੜੇ ਆਏ ਬੋਲਦੇ ਆ ਪੁੱਠਾ ਸਿੱਧਾ ਜਾ ਵੇਖ ਆਪਾਂ ਨੂੰ ਕਿਵੇਂ ਬੋਲੀ ਜਾਂਦੇ ਆ ਹੋਰ ਹੁਣ ਚੱਲ ਗਏ ਯਾਰ ਤਾਇਆ ਪਰਾਂ ਦਫਾ ਹੋਏ ਹੋਰ ਯਾਰ ਠੱਠ ਕਰਤੇ ਭੈਣ ਦੇ ਲੰਨ ਗੱਲ ਹੀ ਨਹੀਂ ਸੁਣਦੇ ਮਨ ਚ ਖਾ ਲਿਆ ਘੰਟਾ ਹੋ ਗਿਆ ਦਿਮਾਗ ਚੱਕਤਾ ਯਾਰ
ਦੇਖ ਲਾ ਤਾਏ ਦੇ ਬਾਬੇ ਦਾ ਕਰਕੇ ਆਈ ਸੀ ਹੈਨਾ ਉਹ ਬੋਲੇ ਕਾਗਜ਼ੀ ਆ ਮੇਰੇ ਰੱਛਿਆ ਕਰੇ ਮੇਰੇ ਝੋਲੇ ਚ ਕਿਹੜੇ ਕਾਗਜ਼ ਸੀ ਇਹਨਾਂ ਕੋਲੇ ਯਾਰ ਡੱਕੇ ਸੀ ਭਾਈ ਹਾਂ ਭੁੱਖੜ ਦੇ ਹੀ ਫਿਰਦੇ ਸੀ ਇਹ ਸੱਟਾ ਸੁੱਟਾ ਲੈਣ ਗਿੱਜੇ ਸੀ ਹਾਂ ਗਿੱਜੇ ਸੀ ਉਹਦੇ ਕੋਲੇ ਚੰਗਾ ਚਾਹ ਪਾਣੀ ਪੀਂਦੇ ਠਹਿਰ ਬਣਾਈ ਸੀ ਲੰਘਦੇ ਟੱਬ ਦੇ ਭੋਰਾ ਬਾਬਾ ਇਹਨਾਂ ਨੇ ਆਖੇ ਵੀ ਅੱਜ ਵੀ ਉੱਥੇ ਬੈਠਾ ਚਾਹ ਪਾਣੀ ਪੀ ਕੇ ਜਾਵਾਂਗੇ ਖਾ ਕੇ ਬਾਬਾ ਬੁੜੀਆਂ ਨੂੰ ਪਰਕਾਈ ਜਾਂਦਾ ਸੀ ਇਹਨਾਂ ਹਾਂ ਇਹਨਾਂ ਨੂੰ ਕੀ ਪਤਾ ਲੱਗਦਾ ਸੀ ਹਨਾ ਇਹ ਕਹਿੰਦੇ ਬੜਾ ਕਰਨੀ ਵਾਲਾ ਲੈ ਕਰਨੀ ਕੀ ਸੀ ਲੌੜਾ ਸੀ ਉਹਦੇ ਕੋਲ ਕੀ ਸੀ ਕਰਦਾ ਸੀ ਬੁੜੀਆਂ ਦਾ ਗਾੜੂ ਸੀ ਇਹਨਾਂ ਤੋਂ ਖਾ ਲੈਂਦਾ ਸੀ ਭੋਰਾ ਬੁੜੀਆਂ ਪਰਕਾਈ ਜਾਂਦਾ ਮੁੜ ਕੇ ਹੋਰ ਫਿਰ ਆਪਾਂ ਵੀ ਚੱਲ ਗਏ ਤਾਇਆ ਜਾਣੀ ਪੂ ਯਾਰ ਹੁਣ ਦਿਨ ਚੜ੍ਹਨ ਵਾਲਾ ਹੈ ਤੇ ਹੋਰ ਯਾਰ ਹੋ ਗਿਆ ਨਾ ਹਾਂ ਟਾਈਮ ਬਾਲਾ ਹੋ ਗਿਆ ਬਾਬਾ ਬੋਲਣ ਵਾਲਾ ਹਾਂ ਚੱਲੀਏ ਫਿਰ ਹਨਾ ਚੱਲ ਫਿਰ ਦਿਮਾਗ ਚੱਕਤਾ ਯਾਰ ਇਹਨਾਂ ਨੇ ਜਾ ਕੇ ਪਈ ਜਾਈ ਚੱਲ ਫਿਰ ਤਾ ਕਹੀ ਫਿਰ ਪਈ ਰਹਿਣ ਦੇ ਯਾਰ ਹੁਣ ਦਿਨ ਤਾਂ ਚੜ੍ਹ ਹੀ ਗਏ ਸਮਝ ਲਾ ਬਾਬਾ ਬੋਲਣ ਵਾਲਾ ਆ ਜਾ ਯਾਰ ਤੁਰਿਆ ਚੱਲ ਚੱਲ ਤਾਇਆ ਦਿਮਾਗ ਟੱਪ ਕੇ ਵਧੀਆ ਹਨਾ ਓਏ ਹਾਂ ਗਏ ਹੋ ਤਾਂ ਤਾਇਆ ਆ ਜਾ ਕਬਜਾ ਕੁਬਜਾ ਕਰਿਆ ਤੇ ਜਾਂ ਮਤਲਬ ਉਹ ਜ਼ਿਮੀਂਦਾਰਾਂ ਦੇ ਥਾਂ ਚ ਬੈਠਾ ਸੀ ਬਾਬਾ ਬਾਬਾ ਹਾਂ ਕੋਈ ਗੱਲ ਸੀਗੀ ਵਿੱਚੋਂ ਨਾ ਯਾਰ ਮੈਨੂੰ ਇਹ ਲੱਗਦਾ ਧੱਕੇ ਦਾ ਗ੍ਰਹਿਣ ਇਹਨਾਂ ਨੇ ਲਾ ਰੱਖਿਆ ਸੀਗਾ ਵੀ ਗੱਦੀ ਸਾਂਭ ਗਏ ਗੱਦੀ ਸਾਂਭ ਕੇ ਯਾਰ ਸਾਹ ਤੇ ਲੱਗੇ ਤਾਂ ਦੇਖੋ ਭਾਈ ਕੀ ਕਹਿ ਸਕਦੇ ਕਿਸੇ ਦੇ ਮਨ ਦਾ ਕੀ ਪਤਾ ਮੇਰ ਮਾਰ ਲਈ ਸਾਧ ਵਾਲੀ ਥਾਂ ਹਾਂ ਹਾਂ ਗੱਲ ਬਣ ਗਈ ਕਿਤੇ ਯਾਰ ਆਪਾਂ ਉਹਦੇ ਭੱਜ ਕੇ ਸਾਧ ਨੂੰ ਵਿਚਾਰੇ ਨੂੰ ਪੁਲਿਸ ਹੀ ਨਾ ਲੈ ਗਈ ਹੋਵੇ ਯਾਰ ਕੀ ਪਤਾ ਯਾਰ ਕੀ ਬਣਿਆ ਹੋਊ ਆਪਾਂ ਨੂੰ ਤਾਂ ਬਿੜਕ ਵੀ ਨਹੀਂ ਲੱਗੀ ਕੋਈ ਵੱਡੀ ਗੱਲ ਨਹੀਂ ਕੰਜੇ ਦੇ ਠਾ ਹੀ ਬੜੀ ਸੀ ਆਪਣੀ ਦਾ ਠਾ ਹੀ ਪੱਟੀ ਗਈ ਯਾਰ ਨੰਗਦੇ ਟੱਪਦੇ ਚਾਹ ਪਾਣੀ ਪੀ ਲੈਂਦੇ ਸੀ ਹੋਰ ਹੱਡ ਤੱਤੇ ਹੋ ਜਾਂਦੇ ਸੀ ਯਾਰ ਸੁਭਾਅ ਵੀ ਚੰਗਾ ਸੀ ਖਰਾ ਐਵੇਂ ਕਹਿ ਜੀ ਬਾਬਾ ਬਿਨਾਂ ਗੱਲੋ ਤਾਂ ਕਿਹਾ ਵੀ ਨਹੀਂ ਜਾਂਦਾ ਸੁਭਾਅ ਦਾ ਵੀ ਚੰਗਾ ਸੀ ਭੈਣ ਕੌਲੇ ਭੁੱਕੀ ਦੀ ਉਹ ਢੂਈ ਮਾਰ ਜਾਂਦਾ ਏ ਕਿਹੜੇ ਕਹਿੰਦਾ ਕੱਢ ਕੇ ਜਾਇਓ ਐਂ ਤਾਂ ਫਿਰ ਜਦ ਲਾਲਚ ਹੋ ਹੀ ਜਾਂਦਾ ਤੂੰ ਐਂ ਲਾ ਕੰਜਰਾਂ ਦਾ ਟੂਲ ਟੈਕਸ ਵਾਲਿਆਂ ਪਰਚੀ ਆਪਾਂ ਨੂੰ ਕਟਾਉਣੀ ਪੈਂਦੀ ਹਨਾ ਉਹ ਯਾਰ ਉਹ ਤਾਂ ਹੁਣ ਲਿਆ ਸੀ ਹੋਰ ਅਗਲਾ ਵਿਚਾਰਾ ਧੱਕਾ ਥੋੜੀ ਕਰਦਾ ਹੂੰ ਮੋਹ ਪ੍ਰੇਮ ਚ ਕਹਿ ਦਿੰਦਾ ਸੀ ਹੈ ਓਏ ਰਾਤ ਫਿਰ ਦੇਖ ਲਾ ਮਾਸਰ ਮੇਜਰ ਕਹਿੰਦੇ ਸੇਵਾ ਕਰੀ ਕੀ ਅੰਤ ਆਪਣੀ ਪੂਰੀ ਆਉਣੀ ਜਾਣੀ ਆ ਆਏ ਨੀ ਫਿਰ ਤੁਸੀਂ ਪਹਿਲਾਂ ਤਾਂ ਵਰਤਦੇ ਇਹਨਾਂ ਨਾਲ ਹੈ ਹਾਂ ਵਰਤੇ ਵੇ ਦੀ ਗੱਲ ਆ ਸਪੀਰਿਟ ਆਏ ਜਾਈਦੀ ਆ ਆਏ ਜਾਈਦੀ ਸਾਰੇ ਕਹਿੰਦੇ ਹੁੰਦੇ ਆ ਤੁਰਿਆ ਤੁਰਿਆ ਓਏ ਕੰਜਰ ਦੇ ਆਪਾਂ ਤਾਂ ਚਾਰ ਦਿਨ ਰਾਹਾਂ ਚ ਹੀ ਲਾ ਦਿੰਦੇ ਨਸ਼ਾ ਤਾਂ ਭਰਾਹਾਂ ਚ ਖਾ ਜਾਂਦੇ ਧੱਕ ਬਚਦਾ ਗਾ ਦੋ ਦਿਨਾਂ ਬਾਅਦ ਫੇਰ ਵਾਪਸ ਕਰੀ ਖੜੇ ਆ ਬਲੈਕਾਂ ਆਪ ਤੂੰ ਨੀ ਪੂਰਾ ਹੁੰਦਾ ਤੂੰ ਮੇਰੇ ਨਸ਼ੇ ਤੇ ਮੇਰ ਮਾਰਦਾ ਹੋਣਾ ਇਹਦੇ ਵਿੱਚ ਤਾਂ ਗਾਲਿਆ ਨਾ ਅੱਛਾ ਇਹ ਚ ਪਾਈ ਬੈਠਾ ਉਹ ਵੇਖ ਪਿਆ ਠੀਕ ਆ ਮੈਂ ਤਾਂ ਭੁੱਲ ਗਿਆ ਕਿਤੇ ਨਾ ਜਾਣੀ ਮੈਂ ਆਏ ਪਾਤਾ ਭਾਰ ਵਾਲਾ ਸੀ ਮੈਂ ਕਿਹਾ ਤੂੰ ਉੱਠ ਵਰਗਾ ਹੈਗਾ ਆਪੇ ਲੱਦਾ ਉਹ ਨਹੀਂ ਆਏ ਤਾਂ ਤੇਰੀ ਗੱਲ ਮੰਨ ਗਿਆ ਮੈਂ ਕਈ ਵਾਰੀ ਮੈਂ ਕਿਹਾ ਬੰਦਾ ਭੁੱਲ ਜੇ ਕਿ ਨਹੀਂ ਮੈਂ ਨਸ਼ਾ ਤਾਂ ਨੀ ਭੁੱਲਦਾ ਹੋਰ ਕੁਛ ਭੁੱਲ ਜੋ ਐਂ ਕਰਾਂਗੇ ਵੱਡੀ ਸੜਕ ਤੇ ਚੜ੍ਹ ਕੇ ਨਾ ਕਿਸੇ ਮਸ਼ੀਨਰੀ ਵਾਲੇ ਨੂੰ ਹੱਥ ਦੇਈਏ ਮਸ਼ੀਨਰੀ ਵਾਲੇ ਨੂੰ ਹੋਰ ਚੜ੍ਹੇ ਚੱਲਾਂਗੇ ਯਾਰ ਹੁਣ ਕੋਈ ਨੀ ਰੋਕਦਾ ਇਸ ਵੇਲੇ ਸੜਕ ਤੇ ਕੌਣ ਹੋਊ ਹਾਂ
ਚੜੇ ਚੱਲਾਂਗੇ ਐ ਤਾਂ ਭਰਾਵਾ ਹੁਣ ਪਿੰਡ ਫਿਰਨੇਰਾ ਫੇਰ ਹੂ ਭੈਣ ਚੋਦਾ ਜੇ ਕੋਈ ਟੱਕਰ ਗਿਆ ਕਹਿੰਦਾ ਸਾਡੀ ਡਿਊਟੀ ਬਦਲ ਗਈ ਹੁਣ ਹਾਂ ਵੀ ਅਸੀਂ ਤਾਂ ਭਾਈ ਮੁਲਾਜ਼ਮ ਆ ਕਿ ਨਹੀਂ ਹਾਂ ਮੁਲਾਜ਼ਮ ਵੀ ਰਾਤ ਦੀ ਡਿਊਟੀ ਸੀ ਹਾਂ ਹਾਂ ਆਈ ਕਰਾਂਗੇ ਸੜਕ ਲੈ ਲਵਾ ਸੜਕ ਦਾ ਕਰਾਂ ਗਲਿਆਂ ਚ ਕਈ ਵਾਰੀ ਚੰਨਣ ਗੀਰਾ ਰਹਿੰਦਾ ਹੁੰਦਾ ਇਹ ਬਾਪੂ ਦੀ ਗੱਲਾਂ ਕਰਦੇ ਜਾਣਾ ਦੀ ਸੱਚ ਖਾਉਣੀ ਝੂਠ ਭਾਈ ਅਖੇ ਪਾਣੀ ਵੀ ਨੀ ਪੀਣ ਦਿੰਦਾ ਮੇਰੀ ਬੇਬੇ ਗੱਲਾਂ ਕਰਦੀ ਹੁੰਦੀ ਜਿਹੜੀ ਮਤਲਬ ਮੇਰੀ ਬੇਬੇ ਦੀ ਮਾਸੀ ਸੀ ਗਮ ਉਡਤਾਲੀ ਉਡਤਾਲੀ ਤੇ ਭਾਈ ਗਮੋ ਦੀ ਜਿਹੜੀ ਨਣਦ ਸੀ ਹਾਂ ਚਰਨੋ ਦੇ ਮੁੰਡੇ ਦੇ ਲੜਿਆ ਸੀ ਕਿਰਾਂ ਭਾਈ ਅੱਛਾ ਹਾਂ ਉਹ ਇੱਟ ਡਲੇ ਜਿਹਦਾ ਨਾ ਮਤਲਬ ਭੱਠੇ ਤੋਂ ਲੈਣ ਗਏ ਆਪਾਂ ਨੀ ਚੱਕ ਲੈਂਦੇ ਡਲੇ ਜੇ ਕਹਿੰਦੇ ਭਾਈ ਭਰੀ ਜਾਣ ਅੱਛਾ ਹਾਂ ਕਿ ਫਿਰ ਮੱਥੇ ਚ ਵੱਜਿਆ ਤੇ ਬੰਦਾ ਹੁਸ਼ਿਆਰ ਸੀ ਉਹਨੇ ਗੱਲ ਸੁਣੀ ਸੀ ਵੀ ਜੇ ਬੰਦਾ ਪਹਿਲਾਂ ਪਾਣੀ ਪੀ ਗਿਆ ਚੰਨਣ ਗੀਰਾ ਮਰਜੂ ਜੇ ਇਹ ਪੀ ਗਿਆ ਤਾਂ ਬੰਦਾ ਮਰ ਜੂ ਉਹ ਤਾਂ ਫਿਰ ਉਹਨਾਂ ਟਾਈਮਾਂ ਚ ਲੋਟ ਸੀ ਉਹਦੇ ਕੋਲੇ ਟਰੈਕਟ ਤੇ ਰੱਖਦਾ ਲੋਟ ਨੂੰ ਉਹ ਕਲਾ ਲਈ ਚੰਨਣ ਗੀਰਾ ਉਹ ਮਾਰਿਆ ਬੁੰਡ ਪਰਨੇ ਐਸੇ ਕੋਲੋਂ ਉਦੋਂ ਮੇਰੀ ਬੇਬੇ ਗੱਲਾਂ ਕਰਦੀ ਕਹਿੰਦੀ ਭਾਈ ਬਚਾ ਰੱਖੇ ਬੰਦੇ ਨੂੰ ਦੇਖ ਲਾ ਲੀਲਾ ਕਰ ਦਿੰਦਾ ਇਹ ਲੀਲਾ ਜੀ ਲੀਲਾ ਜਮਾ ਜ਼ਹਿਰ ਕਿਹੜਾ ਥੋੜਾ ਯਾਰ ਇਹ ਜਾਨਵਰ ਹੁੰਦੇ ਨੇ ਜ਼ਹਿਰੀਲੇ ਹੁਣ ਤਾਂ ਚੰਦ ਮੇਰੇ ਹਿਸਾਬ ਨਾਲ ਆਪਾਂ ਕੰਮ ਛੱਡ ਦਈਏ ਯਾਰ ਓਏ ਐ ਚੱਲ ਦੋ ਜਾਣਿਆਂ ਨੂੰ ਕੀ ਲੱਗਦਾ ਯਾਰ ਉਮਰ ਬਹੁਤ ਹੋ ਗਈ ਯਾਰ ਉਮਰ ਤਾਂ ਤੇਰੀ ਗੱਲ ਪੱਕੀ ਹੋਈ ਕਿਸੇ ਧੱਕੇ ਚੜ ਕੇ ਗੋਡੇ ਕੱਢ ਦੂ ਕਿ ਨਹੀਂ ਕੋਈ ਨੀ ਤੁਰਿਆ ਜਾਂਦਾ ਲੈ ਆ ਗਈ ਸੜਕੋ ਇੱਥੋਂ ਮਸ਼ੀਨਰੀ ਨੂੰ ਹੱਥ ਦੇਵਾਂਗੇ ਸੌਖਾ ਹੋ ਜੂਗਾ ਹੋਰ ਕੀ ਆ ਕੋਈ ਚੜਾ ਲੈ ਵਿੱਚ ਬੰਦੇ ਚੰਗੇ ਬਹੁਤ ਮਾੜਾ ਐ ਕਰ ਮੂੰਹ ਮਾਜਾ ਪੂੰਜ ਲੈ ਪੱਗ ਪੁੱਗ ਜੀ ਸੱਚ ਕਰ ਲੈ ਮੁਲਾਜ਼ਮਾਂ ਜਾ ਮੂੰਹ ਬਣ ਜਾ ਆਏ ਤਾਂ ਲੀੜੇ ਕੱਪੜੇ ਤੇ ਲੱਗਦੇ ਹੀ ਆ ਵੀ ਪੜ੍ਹੇ ਲਿਖੇ ਹੋਣਗੇ ਕਿ ਨਹੀਂ ਯਾਰ ਹਾਂ ਪੂਰਾ ਰੋਹ ਪੈਂਦਾ ਮੁਲਾਜ਼ਮਾਂ ਦਾ ਤੇਰਾ ਹਾਂ ਕਹਿ ਦਾਂਗੇ ਰਾਤ ਦੀ ਡਿਊਟੀ ਆ ਇੱਥੇ ਬੈਠੋ ਮਸ਼ੀਨਰੀ ਆਊ ਹਾਂ ਪੁਲੀ ਤੇ ਬਹਿ ਜਾ ਪੁਲੀ ਤੇ ਮਸ਼ੀਨਰੀ ਕੋਈ ਮੈਂ ਹੱਥ ਲਿਆ ਦਮ ਫਿਰ ਉਮਰ ਬਹੁਤ ਹੋ ਗਈ ਮਾਰ ਕਾ ਨਿਗਾ ਓਏ ਕੋਈ ਬੰਬੂ ਕਾਟ ਵਾਲੀ ਆਉਂਦਾ ਹੁੰਦਾ ਬੰਬੂ ਘਾਟ ਦੇ ਤਾਂ ਪਲੋਟ ਨੇ ਪਰ ਗੱਡੀ ਨੂੰ ਹੱਥ ਦੇ ਗਏ ਮੈਂ ਜਾਣੀਆਂ ਲੈ ਕੇ ਭਾਜੇ ਤੂੰ ਤਾਂ ਮਰੀ ਜਾਂਦਾ ਗੱਡੀ ਵਾਲੇ ਵੀ ਸਿੰਘਾਂ ਥਾਈ ਕੱਟਣ ਐਬ ਕਰੇ ਨੇ ਬੰਦੇ ਤੇ ਆਪਾਂ ਤੋਂ ਕੀ ਕੱਢੂ ਵੱਲ ਜਾ ਕੇ ਉਹ ਕੰਜਰ ਜਿਹਾ ਇਹ ਤਾਂ ਕਹਿੰਦੇ ਵੀ ਗੁਰਦੇ ਅੱਖਾਂ ਗੋਡੇ ਇਹ ਲੱਲਾ ਭੱਬਾ ਸਾਰੇ ਹੀ ਕੱਢ ਕੇ ਵੇਚ ਦਿੰਦੇ ਕਹਿੰਦੇ ਮਸ਼ੀਨਰੀ ਵਿੱਚੋਂ ਕੰਜਰ ਤਾਂ ਜੇ ਤੇਰੀਆਂ ਅੱਖਾਂ ਲੈ ਕੱਢ ਕੇ ਵੇਚਦੀਆਂ ਤਾਂ ਜਨਾਨੀਆਂ ਨੂੰ ਮਰੀ ਆਇਆ ਕਰੂ ਅਗਲਾ ਹਨਾ ਓਏ ਇਹ ਤਾਂ ਫਿਰ ਬਾਈ ਹੁਣ ਲਾਲ ਚੜੰਗ ਰਹਿਣੀਆਂ ਜਦੋਂ ਮੋਟੀ ਖਾਂਦੇ ਨਾ ਅਗਲੇ ਨੂੰ ਦਿਸੇ ਖਾਧੀ ਬਿਨਾਂ ਮਿੱਟੀ ਭਵਾਂਦੀ ਜਾਣ ਕੰਮ ਤੇ ਤਾਂ ਕੋਈ ਨੀ ਪਰ ਬਾਈ ਅਗਲਾ ਵੇਚਣ ਵਾਲਾ ਕਿਆ ਕਰੂ ਗੁਰਦੇ ਜੇ ਕਿਉਂ ਖੜ ਗਏ ਨੀ ਪਤਾ ਭਨੋ ਭਾਲਦੇ ਆ ਮਤਲਬ ਵੀ ਗੱਲਾਂ
ਛੱਚੀਆਂ ਨੇ ਬੀਸੀਆਂ ਬੰਦੇ ਚੱਕੇ ਗਏ ਹਾਂ ਮਗਰੋਂ ਪਤਾ ਲੱਗਦਾ ਇਹ ਚੀਜ਼ਾਂ ਦਾ ਗੱਡੀ ਤੇ ਬਾਜ ਵੀ ਨੀ ਬਾਹਰ ਨਿਕਲਣ ਦਿੰਦੇ ਹੁੰਦੇ ਕੀ ਪਤਾ ਲੱਗਦਾ ਯਾਰ ਚਾਰ ਜਾਣੇ ਹੋਣ ਸੁਰਜਣ ਨਾਲ ਹੋਈ ਸੀ ਮੇਰੀ ਮਾਸੀ ਦੇ ਪੁੱਤ ਨਾਲ ਅੱਛਾ ਲੈ ਹੋਰ ਹੁਣ ਡਾਕਟਰੀ ਬਾਈ ਮੁੰਡੇ ਲੱਗਦਾ ਚੰਦਨ ਕੌਣ ਤੁਸੀਂ ਆਪ ਜੀ ਘਰ ਦੀ ਗੱਲ ਮਸ਼ੀਨਰੀ ਕਿਹੜੀ ਡਿਊਟੀ ਵਾਲੇ ਲੱਗਦੇ ਸ਼ਕਲ ਤੋਂ ਤਾਂ ਮੈਨੂੰ ਕੋਈ ਨਸ਼ੇ ਪੱਤੇ ਵਾਲੇ ਲੱਗਦੇ ਅੱਛਾ ਨਹਾਤੇ ਨੀ ਜਾਣਦੀ ਨੀ ਕਿਸੇ ਨੂੰ ਮਾਸੀ ਚੱਲ ਕੋਈ ਨਾ ਮੁੜ ਤੂੰ ਡਿਊਟੀ ਵਾਲੇ ਤਾਂ ਕਿਹੜੇ ਲੱਗਦੇ ਨਸ਼ੇ ਪੱਤੇ ਵਾਲੇ ਕਿੰਨੀ ਲਿਆਂਦੀ ਬਾਬਾ ਓਏ ਪਿੰਡ ਤਾਈ ਪਿੰਡ ਤਾਈ ਨਾ ਮੈਂ ਨੀ ਭਰਾਵਾ ਗਾ ਨਾ ਮੈਂ ਤਾਂ ਖੇਤੋਂ ਆਇਆ ਡਿਊਟੀ ਤੋਂ ਆਇਆ
ਮੇਰਾ ਪਿੰਡ ਆਹੀ ਆਈ ਲੋਕਲ ਬੰਦਾ ਮੈਂ ਤਾਂ ਇਹ ਆਉਂਦੇ ਚੜੇ ਮੇਰੇ ਨਾਲ ਉੱਥੋਂ ਚਾਬੀ ਕੱਢੀ ਹੋਈ ਹੈ ਮੈਂ ਮੇਰੇ ਨਾਲ ਵਿਚਰ ਲੈ।